ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਇਸ ਵੀਡੀਓ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਟਰਮ 2 ਫਾਈਨਲ ਇਗਜ਼ਾਮ 10 ਪਲੱਸ 2 ਦੇ ਚੱਲ ਰਹੇ ਨੇ ਅਤੇ ਹੁਣ ਅੱਗੇ ਵੈਲਕਮ ਲਾਈਫ ਦਾ ਪੇਪਰ ਹੋਏਗਾ ਜੋ ਕਿ ਪਿਛਲੀ ਟਰਮ 'ਚ ਨਹੀਂ ਹੋਇਆ ਸੀ। ਅਤੇ ਪੂਰਾ ਸਿਲੇਬਸ 50 ਨੰਬਰ ਦਾ ਆਏਗਾ, ਇਹਦੇ ਵਿੱਚ ਪ੍ਰੈਕਟੀਕਲ 40 ਨੰਬਰ ਅਤੇ ਇੰਟਰਨਲ ਅਸੈਸਮੈਂਟ 10 ਨੰਬਰ ਦੀ ਹੈ। ਸੋ ਕਿਸ ਤਰ੍ਹਾਂ ਦਾ ਪੇਪਰ ਆਏਗਾ ਉਹਦੇ ਹਿਸਾਬ ਦੇ ਨਾਲ ਮਾਡਲ ਟੈਸਟ ਪੇਪਰ ਤੁਹਾਡੇ ਲਈ ਲੈ ਕੇ ਆਏ ਹਾਂ। ਕੁੱਲ 4 ਪ੍ਰਸ਼ਨ ਹਨ, ਸਾਰੇ ਲਾਜ਼ਮੀ ਹਨ ਅਤੇ ਸਾਰੇ ਪ੍ਰਸ਼ਨਾਂ ਦੇ ਉੱਤਰ ਨਿਰਧਾਰਤ ਪਾਠ ਪੁਸਤਕ ਦੇ ਆਧਾਰ 'ਤੇ ਹੈ। ਪਹਿਲੇ 20 ਚੋਣ ਵਾਲੇ ਪ੍ਰਸ਼ਨ ਨੇ ਐਮ ਸੀ ਕਿਊ ਟਾਈਪ, ਇਹਦੇ ਵਿੱਚ 10 ਐਮ ਸੀ ਕਿਊ ਹੈ, 5 ਖਾਲੀ ਥਾਵਾਂ ਅਤੇ 5 ਸਹੀ ਮਿਲਾਨ ਵਾਲੇ। ਦੂਸਰੇ ਦੇ ਵਿੱਚੋਂ 4 ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਹਨ, ਇਹਨਾਂ ਵਿੱਚੋਂ 2 ਕਰਨੇ ਹੈ, 2 5 2 5 10 ਨੰਬਰ ਦਾ ਆਏਗਾ। ਉਹਦੇ ਬਾਅਦ ਤੀਸਰੇ ਵਿੱਚੋਂ 4 ਸੰਖੇਪ ਹਨ, ਇਹਦੇ ਵਿੱਚੋਂ ਤੁਸੀਂ 2 ਪ੍ਰਸ਼ਨਾਂ ਦੇ ਉੱਤਰ ਦੇਣੇ ਨੇ, ਵੀ 5 5 ਨੰਬਰ ਦੇ। ਸੱਤਵੇਂ ਵਿੱਚ ਨਿਰਧਾਰਿਤ ਪਾਠ ਪੁਸਤਕ ਦੇ ਵਿੱਚੋਂ ਕੋਈ ਪੈਰਾ ਹੈ ਉਹਦੇ ਹਿਸਾਬ ਦੇ ਨਾਲ ਉੱਤਰ ਦੇਣੇ ਨੇ, ਸੋ 2 ਨੰਬਰ ਦੇ ਹੋਣਗੇ, 5 ਪ੍ਰਸ਼ਨ ਆਉਣਗੇ। ਤੋ ਇਸੇ ਤਰ੍ਹਾਂ ਸ਼ੁਰੂ ਕਰਦੇ ਹਾਂ। ਪਹਿਲੇ ਐਮ ਸੀ ਕਿਊ ਟਾਈਪ ਪ੍ਰਸ਼ਨ ਨੇ, ਇਹਦੇ ਤੁਸੀਂ ਦੇਖ ਸਕਦੇ ਹੋ। ਸੋ ਇਸੇ ਤਰ੍ਹਾਂ ਪਹਿਲੇ ਤੁਹਾਡੇ ਐਮ ਸੀ ਕਿਊ ਟਾਈਪ ਪ੍ਰਸ਼ਨ ਆਉਣਗੇ, ਇਹ ਤੁਹਾਡੇ ਪਾਠ ਪੁਸਤਕ ਵਿੱਚ ਨੇ। ਜਿਸ ਤਰ੍ਹਾਂ ਨਵਰੂਪ ਦਾ ਜ਼ਿਕਰ ਆਇਆ, ਕਿਸ ਬਿਮਾਰੀ ਤੋਂ ਗ੍ਰਸਤ ਹੈ, ਨਵਰੂਪ ਪਾਠ ਦਾ ਇੱਕ ਪਾਤਰ ਹੈ, ਪਾਠ ਪੜ੍ਹ ਕੇ ਤੁਸੀਂ ਇਹਦੀ ਤਿਆਰੀ ਕਰੋਗੇ। ਤੁਹਾਨੂੰ ਮੈਂ ਸਾਰੇ ਪਾਠ ਜੋ ਨੇ ਵੈਲਕਮ ਲਾਈਫ ਦੇ ਪਲੱਸ 2 ਦੇ ਸਾਰਿਆਂ ਦੇ ਵੀਡੀਓ ਲੈਕਚਰ ਤਿਆਰ ਕਰਕੇ ਦਿੱਤੇ ਸੀ, ਤੁਸੀਂ ਕਾਫੀ ਵਧੀਆ ਤਰੀਕੇ ਨਾਲ ਦੇਖੇ ਨੇ, ਉਹਨਾਂ ਨੂੰ ਦੇਖ ਕੇ ਤੁਸੀਂ ਦੁਬਾਰਾ ਰਿਵੀਜ਼ਨ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਤੁਹਾਨੂੰ ਜੋ 10 ਪ੍ਰਸ਼ਨ ਪਹਿਲੇ ਨੇ ਉਹ ਟਿੱਕ ਮਾਰਕ ਵਾਲੇ ਐਮ ਸੀ ਕਿਊ ਆਉਣਗੇ, ਇਹਦੇ ਵਿੱਚ ਤੁਸੀਂ 1 ਦੀ ਚੋਣ ਕਰਨੀ ਹੈ, ਜਿਹੜਾ ਤੁਹਾਨੂੰ ਸਹੀ ਉੱਤਰ ਲੱਗਦਾ ਹੈ, ਉੱਤਰ ਜੋ ਹੈ ਪਾਠ ਪੁਸਤਕ ਦੇ ਹੈ। ਉਹਦੇ ਬਾਅਦ ਦੂਸਰਾ ਪਾਠ ਹੈ 5 ਖਾਲੀ ਥਾਵਾਂ, ਇਹ ਵੀ ਪਾਠ ਪੁਸਤਕ ਦੇ ਵਿੱਚੋਂ ਨੇ। ਉਹਦੇ ਬਾਅਦ ਤੀਸਰਾ ਇਹਦਾ ਪਾਠ ਹੈ ਪਹਿਲੇ ਦਾ, 5 ਸਹੀ ਮਿਲਾਨ ਕਰਨ ਵਾਲੇ, ਏ ਅਤੇ ਬੀ ਕੋਲਮ ਨੂੰ ਮਿਲਾਉਣਾ ਹੈ। ਉਹਦੇ ਬਾਅਦ ਚੌਥਾ, ਇੱਕ ਸਮੱਸਿਆ ਦਿੱਤੀ ਗਈ ਹੈ, ਉਹਦੇ ਵਿੱਚੋਂ ਤੁਸੀਂ 2 ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਜਿਸ ਤਰ੍ਹਾਂ ਜੇ ਤੁਸੀਂ ਮਨਜਿੰਦਰ ਦੀ ਥਾਂ ਹੁੰਦੇ ਤਾਂ ਤੁਹਾਡੇ ਮਾਪੇ ਗਰੀਬ ਹੁੰਦੇ ਤਾਂ ਹੇਠ ਲਿਖੀਆਂ ਕਾਰਜਾਂ ਵਿੱਚੋਂ ਤੁਸੀਂ ਕਿਹੜੇ ਇੱਕ ਕਾਰਜ ਨੂੰ ਬਿਹਤਰ ਸਮਝ ਕੇ ਕਰਦੇ। ਸੋ 2 ਸਮੱਸਿਆਵਾਂ ਦੇ ਤੁਸੀਂ ਉੱਤਰ ਦੇਣੇ ਨੇ, ਚੌਥੇ ਦੇ ਵਿੱਚ 4 5 ਸਮੱਸਿਆਵਾਂ ਨੇ। 5ਵੇਂ ਦੇ ਵਿੱਚ ਇੱਕ ਫੋਟੋਗ੍ਰਾਫ ਦਿੱਤੀ ਗਈ ਹੈ, ਇਹਦੇ ਬਾਰੇ ਤੁਸੀਂ ਲਿਖਣਾ ਹੈ। ਆਤਮ ਵਿਸ਼ਵਾਸ ਕੀ ਹੈ, ਚਿੰਤਾਵਾਂ ਦੇ ਬੁਰੇ ਪ੍ਰਭਾਵ। ਲਾਸਟ ਵਿੱਚ ਪੈਰਾ ਹੈ, ਇਹ ਪੈਰੇ ਦੇ ਵਿੱਚੋਂ ਤੁਸੀਂ ਇਹਦੇ ਉੱਤਰ ਲੱਭਣੇ ਨੇ, ਬੜਾ ਆਸਾਨ ਹੈ, ਪੈਰਾ ਚੰਗੀ ਤਰ੍ਹਾਂ ਪੜ੍ਹ ਕੇ ਇਹਦੇ ਉੱਤਰ ਦੇਣੇ ਨੇ, ਇਹ ਵੀ 10 ਨੰਬਰ ਦਾ ਹੋਏਗਾ। ਸੋ ਇਸੇ ਤਰ੍ਹਾਂ ਕੁੱਲ ਮਿਲਾ ਕੇ ਜੋ ਤੁਹਾਡਾ ਪੇਪਰ ਹੈ ਉਹ 50 ਨੰਬਰ ਦਾ ਹੈ, 10 ਨੰਬਰ ਦੀ ਇੰਟਰਨਲ ਅਸੈਸਮੈਂਟ ਅਤੇ 40 ਨੰਬਰ ਦਾ ਪ੍ਰੈਕਟੀਕਲ, ਟੋਟਲ 100 ਨੰਬਰ ਦਾ। ਸੋ ਉਮੀਦ ਹੈ ਤੁਹਾਨੂੰ ਇਹ ਜੋ ਮਾਡਲ ਟੈਸਟ ਪੇਪਰ ਹੈ ਕਾਫੀ ਮਦਦ ਕਰੇਗਾ ਜੋ ਆਉਣ ਵਾਲੇ ਫਾਈਨਲ ਇਗਜ਼ਾਮ ਹੈ ਵੈਲਕਮ ਲਾਈਫ ਦਾ ਟਰਮ 2 ਦਾ। ਸੋ ਸਾਰੇ ਵੀਡੀਓ ਨੂੰ ਵਾਰ ਵਾਰ ਦੇਖੋ ਅਤੇ ਸਾਰਿਆਂ ਨਾਲ ਸ਼ੇਅਰ ਕਰੋ ਤਾਂ ਕਿ ਵਿਦਿਆਰਥੀਆਂ ਨੂੰ ਇਗਜ਼ਾਮ ਦਾ ਪੈਟਰਨ ਸਮਝ ਆ ਸਕੇ। ਧੰਨਵਾਦ ਵੀਡੀਓ ਦੇਖਣ ਲਈ, ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਇਗਜ਼ਾਮ ਦੇ ਵਿੱਚ ਕਾਫੀ ਹੈਲਪ ਕਰੇਗਾ। ਅਤੇ ਜੇ ਕਿਸੇ ਨੂੰ ਕੋਈ ਵੈਲਕਮ ਲਾਈਫ ਦੇ ਪਲੱਸ 2 ਦੇ ਚੈਪਟਰ ਦਾ ਵੀਡੀਓ ਨਹੀਂ ਮਿਲਿਆ ਤਾਂ ਕਮੈਂਟ ਕਰ ਸਕਦਾ, ਕਮੈਂਟ ਦੇ ਨੀਚੇ ਤੁਹਾਨੂੰ ਉਹਦਾ ਵੀਡੀਓ ਦਾ ਲਿੰਕ ਸੈਂਡ ਕਰ ਦਿੱਤਾ ਜਾਏਗਾ। ਥੈਂਕ ਯੂ ਵੈਰੀ ਮੱਚ ਫਾਰ ਵਾਚਿੰਗ ਦਿਸ ਵੀਡੀਓ। ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਨੂੰ ਮਿਲ ਸਕਣ। ਸੋ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਾਰੇ ਇਸ ਵੀਡੀਓ ਦਾ ਲਾਹਾ ਲੈ ਸਕਣ ਅਤੇ ਵੈਲਕਮ ਲਾਈਫ ਦਾ ਪੇਪਰ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕਣ। ਥੈਂਕ ਯੂ ਐਂਡ ਬੈਸਟ ਆਫ ਲੱਕ ਫਾਰ ਦਾ ਇਗਜ਼ਾਮ।